ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋਅ। ਤੁਹਾਡਾ ਮੇਰਾ ਸਾਥ ਹੋਇਆ ਕਰਦਾ ਜੀ ਮੰਡੇ ਟੂ ਫਰਾਈਡੇ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ ਦੋ ਵਾਰੀ ਸਾਂਝ ਪਾਇਆ ਕਰਨੇ ਹਾਂ, ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਹੇ ਹਾਂ, ਅਤੇ ਮੇਰਾ ਸਾਥ ਦੇਣਗੇ ਮੋਹਨ ਸਿੰਘ ਤਟਰਾ, ਜਿਹੜੇ ਕਿ ਪ੍ਰੈਜ਼ੀਡੈਂਟ ਹਨ ਸਾਊਥ ਏਸ਼ੀਅਨ ਡਿਵੀਜ਼ਨ ਕਿਡਨੀ ਫਾਊਂਡੇਸ਼ਨ ਆਫ ਕੈਨੇਡਾ ਦੇ। ਇਸ ਦੇ ਵਿੱਚ ਕਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਕ੍ਰੀਏਟ ਕੀਤੀ ਜਾਏ ਕਿ ਉਹ ਸਿਹਤ ਪੱਖੋਂ ਜਾਣਕਾਰੀ ਲੈ ਕੇ ਆਪਣੇ ਆਪ ਪ੍ਰੀਵੈਂਟਿਵ ਮੈਜਰਸ ਲੈ ਸਕਣ, ਇਸ ਉੱਤੇ ਫੋਕਸ ਕਰਦੇ ਨੇ, ਅਤੇ ਪਹਿਲਾਂ ਵੀ ਸਾਡੇ ਕੋਲ ਕਾਫੀ ਵਾਰੀ ਆ ਚੁੱਕੇ ਨੇ। ਅਤੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਹਾਰਟ ਅਟੈਕਸ ਦੇ ਬਾਰੇ ਕੀ, ਇਹ ਕਿਉਂ ਹੁੰਦੇ ਨੇ, ਇਸ ਦੇ ਵਿੱਚ ਕਿਹੜੀ ਚੀਜ਼ਾਂ ਸਾਨੂੰ ਪਤਾ ਹੋਣਾ ਚਾਹੀਦਾ, ਕੀ ਇਸਦੇ ਸਿਮਟਮਸ ਨੇ, ਅਤੇ ਕਿਹੜੀਆਂ ਅਸੀਂ ਪ੍ਰੀਕੋਸ਼ਨਸ ਲੈ ਸਕਦੇ ਹਾਂ। ਸਵਾਗਤ ਕਰਦੇ ਹਾਂ ਮੋਹਨ ਸਿੰਘ ਟਟਰਾ ਜੀ ਦਾ। ਜੀ ਹਾਂ ਜੀ, ਵੈਲਕਮ ਟੂ। ਧੰਨਵਾਦ ਜੀ। ਥੈਂਕ ਯੂ। ਹਾਰਟ ਅਟੈਕਸ ਦੀ ਜਦੋਂ ਗੱਲ ਕਰਦੇ ਹਾਂ ਜੀ, ਸਾਊਥ ਏਸ਼ੀਅਨ ਵਿੱਚ ਕਿਹਾ ਜਾ ਰਿਹਾ ਸਭ ਤੋਂ ਜ਼ਿਆਦਾ ਇੰਸੀਡੈਂਟਸ ਆਫ ਹਾਰਟ ਅਟੈਕਸ ਹੈਗਾ, ਇਹਦਾ ਕੀ ਕਾਰਨ ਹੈਗਾ? ਦੇਖੋ ਜੀ, ਲੋਕ ਕੈਨੇਡਾ ਵਾਈਡ 70,000 ਸਾਲ ਦੇ ਹਾਰਟ ਅਟੈਕ ਹੁੰਦੇ ਆ। ਅੱਛਾ ਜੀ। 16,000 ਦੀ ਡੈਥ ਹੋ ਜਾਂਦੀ ਹੈ। ਓਕੇ। ਇਹਦਾ ਮਤਲਬ ਹਰ 12 ਮਿੰਟ ਬਾਅਦ ਇੱਕ ਹਾਰਟ ਅਟੈਕ ਹੁੰਦਾ ਹੈ ਆਪਣੇ ਲੋਕਾਂ 'ਚ ਜ਼ਿਆਦੇ ਆ। ਤੁਸੀਂ ਠੀਕ ਗੱਲ ਕਹੀ ਆ। ਉਹਦਾ ਕਾਰਨ ਕੀ? ਸਾਡੀ ਫੂਡ ਜਿਹੜੀ ਹੈਗੀ ਆ, ਹੁਣ ਕਈ ਵਾਰ ਮੈਨੂੰ ਲੋਕ ਮਿਲਦੇ ਆ, ਉਹ ਕਹਿੰਦੇ ਆ ਜੀ ਅਸੀਂ ਇੰਡੀਆ 'ਚ ਬੜਾ ਘੇ ਖਾਂਦੇ ਸੀਗੇ, ਪਰ ਮੈਂ ਕਹਿੰਦਾ ਤੁਸੀਂ ਤੁਰਦੇ ਕਹਿੰਦਾ ਸੀਗੇ? ਰਾਈਟ। ਇੱਥੇ ਕਾਰ ਪਾਰਕ ਕਰਦੇ ਹਾਂ ਸਭ ਤੋਂ ਲਾਗੇ ਜਾ ਕੇ, ਬਿਲਕੁਲ ਸਾਨੂੰ ਤੁਰਨਾ ਨਾ ਪਵੇ। ਰਾਈਟ। ਸਟੋਰ ਚਲ ਜਾਓ, ਗੁਰਦੁਆਰੇ ਚਲ ਜਾਓ, ਉਹਦਾ ਨੀਅਰੈਸਟ ਜਗ੍ਹਾ ਲੱਭਾਂਗੇ, ਸਪੋਟ ਅਸੀਂ ਲੱਭਾਂਗੇ, ਸਪੋਟ ਲੱਭਾਂਗੇ, ਤੁਰਨਾ ਅਸੀਂ ਹੈ ਨਹੀਂ ਹੋ। ਠੀਕ। ਅਤੇ ਫੂਡ ਉੱਥੇ ਨਾਲ, ਉੱਥੇ ਜਿਹੜੇ ਘੀ ਖਾਂਦੇ 6 ਮਹੀਨੇ ਖਾਂਦੇ ਸੀਗੇ, ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਆ ਉਹ ਗ੍ਰੀਸ ਸਟਫ ਜ਼ਿਆਦਾ ਖਾਂਦੇ ਹਾਂ। ਠੀਕ ਹੈ। ਜਿੱਦਾਂ ਹੁਣ ਸ਼ਾਹੀ ਪਨੀਰ ਹੈਗਾ, ਉਹਦੇ ਵਿੱਚ 38 ਗ੍ਰਾਮ ਫੈਟ ਹੈਗਾ ਨਾ। ਅੱਛਾ ਜੀ। ਅਤੇ ਉਹਦੇ ਵਿੱਚ 30 ਗ੍ਰਾਮ ਕੋਲੈਸਟਰੋਲ ਆ ਇੱਕ ਸਰਵਿੰਗ 'ਚ। ਅੱਛਾ। ਜੇ 2 ਸਰਵਿੰਗ ਲੈ ਲਈਆਂ ਡਬਲ ਹੋ ਗਿਆ ਇਹਦਾ। ਠੀਕ। ਅਤੇ ਜਿਹੜਾ ਹੈਗਾ ਬਟਰ ਚਿਕਨ, 30 ਗ੍ਰਾਮ ਫੈਟ ਆ, 16.1 ਗ੍ਰਾਮ ਕੋਲੈਸਟਰੋਲ ਆ, ਸੋ ਇਹਦਾ 16.1 ਹੈਗਾ ਕੋਲੈਸਟਰੋਲ। ਦਾਲ ਮੱਖਣੀ ਜਿਸ ਤਰ੍ਹਾਂ ਹੈਗਾ, ਸਾਰੇ ਲੋਕਾਂ ਦਾ ਇਹ ਟ੍ਰੈਂਡ ਥੋੜ੍ਹਾ ਜ਼ਿਆਦਾ ਆ। ਰਾਈਟ। ਕਿਉਂਕਿ ਅਫੋਰਡੇਬਿਲਿਟੀ ਹੈਗੀ ਆ, ਮੀਆਂ ਵੀ ਦੋਨੋਂ ਕੰਮ ਕਰਦੇ ਆ, ਕਹਿੰਦੇ ਚੱਲ ਬਟਰ ਚਿਕਨ ਮੰਗਾ ਲਓ ਜਾਂ ਸ਼ਾਹੀ ਪਨੀਰ ਮੰਗਾ ਲਓ। ਗੁਰਦੁਆਰਾ 'ਚ ਮੈਂ ਕਈ ਵਾਰੀ ਇੱਕ ਮੈਂ ਫਨੀ ਤੁਹਾਨੂੰ ਦੱਸਦਾ ਕਿ ਇੱਕ ਹੈਪਨ ਹੋਇਆ, 2 ਬੱਚੇ ਹੈਗੇ ਨੇ, ਉਹ ਦੋਨੇ ਓਵਰ ਵੇਟ ਹੈਗੇ ਨੇ, ਜੇ ਮਤਲਬ 12-15 ਏਜ ਦੇ ਹੋਣਗੇ ਜੀ। ਉਹਦੀ ਮਦਰ ਕਹਿੰਦੇ ਸਾਡੇ ਬੱਚੇ ਤਾਂ ਉਹ ਸ਼ਾਹੀ ਪਨੀਰ ਬਾਅਦ ਰੋਟੀ ਨਹੀਂ ਖਾਂਦੇ ਹੈ, ਉਹ ਦੂਸਰੀ ਗੱਲ ਕਰ ਰਹੀ ਸੀ। ਅੱਛਾ ਜੀ। ਆਹੋ, ਉਹ ਕਹਿੰਦੇ ਬੱਚੇ ਕਾਫੀ ਹੈਲਦੀ ਤੁਹਾਡੇ ਲੱਗਦੇ ਆ, ਅਤੇ ਉਹ ਤਾਂ ਹੈਲਦੀ ਕਹਿੰਦੇ, ਮੈਨੂੰ ਸਮਝੀ ਤਾਂ ਓਵਰ ਵੇਟ ਦੀ ਦੇ ਉਹ। ਰਾਈਟ। ਸੋ ਡਿਪੈਂਡ ਆਪਣਾ ਪ੍ਰੋਸੀਜਰ ਕਿੱਦਾਂ ਤੁਸੀਂ ਦੇਖਦੇ ਹੋ ਜੀ। ਅਤੇ ਹੁਣ ਜਿਹਦੇ ਉਹ ਸਾਲ ਅਤੇ ਸ਼ਾਹੀ ਪਨੀਰ ਬਾਅਦ ਰੋਟੀ ਨਹੀਂ ਖਾਣੀ, ਕੱਲ੍ਹ ਕੀ ਕਰਨਗੇ ਬੱਚੇ? ਤੁਸੀਂ ਬੱਚਿਆਂ ਨਾਲ ਜ਼ਿਆਦਤੀ ਕਰ ਰਹੇ ਹੋ, ਕਿਉਂਕਿ ਸਬਜ਼ੀ ਖਾਣੀ ਨਹੀਂ ਹੋ, ਉਹਦਾ ਵੇਟ ਵਧੇ, ਆਲਰੇਡੀ ਦੇਵਰ ਓਵਰ ਵੇਟ, ਅਤੇ ਉਹ 20 ਚੱਕਰ ਚੱਲ ਜਾਣਗੇ, ਜਿਹਨੂੰ ਆਪਾਂ ਮੋਟਾਪਾ ਕਹਿੰਦੇ ਹਾਂ। ਠੀਕ ਹੈ। ਉਹਦੇ 'ਚ ਕੀ ਹੋਏਗਾ ਫਿਰ? ਜਿਹੜੇ ਹਾਰਟ ਜਿਹੜੇ ਹੈਗੇ ਆ ਉਹ ਤਾਂ ਜਾ ਕੰਮ ਕਰਨਾ ਪਏਗਾ। ਰਾਈਟ। ਜਿੰਨੀ ਗ੍ਰੀਸੀ ਫੂਡ ਆ, ਇਹ ਸਾਡੀ ਜਿਹੜੀ ਨਾੜੀਆਂ ਨਾਲ ਖੂਨ ਦੀਆਂ ਇਹਨਾਂ ਜੰਮਦੀ ਆ ਜਾਂਦੀ ਆ, ਜਾ ਗ੍ਰੀਸੀ ਫੂਡ ਜਿਹੜੀਆਂ ਹਾਰਟ ਨੂੰ ਬਲੱਡ ਸਪਲਾਈ ਨਾੜੀਆਂ ਕਰਦੀਆਂ ਜੀ, ਉਹਨਾਂ 'ਚ ਜਦੋਂ ਜਿਹੜਾ ਨੈਰੋ ਹੋ ਜਾਣ, ਉਹਨਾਂ 'ਚ ਜਿਹੜਾ ਹੈ ਗ੍ਰੀਸ ਜੰਮਣੀ ਸ਼ੁਰੂ ਹੋ ਜਾਏ ਜੀ, ਉਹਦਾ ਆਕਾਰ ਘੱਟ ਜਾਂਦਾ। ਪਹਿਲਾਂ ਤਾਂ ਨਾਰੀ 1.5 ਮਿਲੀ ਮੀਟਰ ਤੋਂ ਵੱਧ ਨਹੀਂ ਹੁੰਦੀ ਹੈ। ਅੱਛਾ ਜੀ। ਬਹੁਤ ਛੋਟੀ ਜਿਹੀ ਹੈਗੀ ਹੈ ਜਿਹ 'ਚ ਆਪਾਂ ਖੂਨ ਚੱਲਦਾ ਆਪਣਾ। ਹੁਣ ਇਹਦੇ ਵਿੱਚ ਤੁਸੀਂ ਦੱਸੋ, ਜਦੋਂ ਉਹ ਗ੍ਰੀਸ ਜੰਮਣੀ ਸ਼ੁਰੂ ਹੋ ਜਾਏ ਤਾਂ ਫਿਰ ਇਹ ਉਹਦਾ ਆਕਾਰ ਘੱਟ ਜਾਂਦਾ। ਠੀਕ। ਅਤੇ ਕਈ ਵਾਰੀ ਹੁੰਦਾ ਕਿ ਜੇ ਕੋਲੈਸਟ੍ਰੋਲ ਥੋੜ੍ਹਾ ਜ਼ਿਆਦਾ ਆ, ਜ਼ਿਆਦਾ ਫੈਟ ਤੁਸੀਂ ਖਾਧਾ, ਉਹਨਾਂ ਜਮ੍ਹਾਂ ਹੋਣਾ ਜਾਣਾ, ਐਕਸਰਸਾਈਜ਼ ਤੋਂ ਕੋਈ ਹੈ ਨਹੀਂ, ਉਹ ਨਾੜੀ ਬੰਦ ਹੋ ਜਾਣੀ ਆ, ਠੀਕ ਹੈ, ਉਹਨਾਂ ਹਾਰਟ ਅਟੈਕ ਹੋਏਗਾ। ਜੇ ਉਹ ਨੈਰੋ ਵੀ ਆ ਤਾਂ ਹਾਰਟ ਨੂੰ ਜਾ ਕੰਮ ਕਰਨਾ ਪਵੇਗਾ, ਤੂੰ ਪੁਸ਼ ਦਾ ਬਲੱਡ ਥਰੂ। ਰਾਈਟ। ਉਹਨਾਂ ਹਾਰਟ ਦੇ ਮਸਲ ਵੀਕ ਹੋਣਗੇ, ਇਵੈਂਚੁਅਲੀ ਹਾਰਟ ਅਟੈਕ ਹੋਣਾ ਹੋਣਾ। ਸੋ ਹਾਰਟ ਅਟੈਕ ਦਾ ਬੇਸਿਕਲੀ ਮਤਲਬ ਹੋਇਆ ਕਿ ਜਦੋਂ ਬਲੱਡ ਫਲੋ ਜਿਹੜੇ ਹੈਗੇ ਸਪਲਾਈ ਉਹ ਜਦੋਂ ਘੱਟਦੀ ਹੈ, ਹਾਂ, ਹਾਰਟ ਸਮੇਂ ਆਕਸੀਜਨ ਬਲੱਡ ਨੂੰ ਨਹੀਂ ਜਾ ਰਿਹਾ ਹੁੰਦਾ ਜੀ। ਹਾਰਟ ਨੂੰ ਆਕਸੀਜਨ ਅਤੇ ਬਲੱਡ ਦੋਨੋਂ ਕੰਸਟੈਂਟ ਚਾਹੀਦੀਆਂ। ਠੀਕ ਹੈ। ਜੇ ਤੁਸੀਂ ਸੁੱਤੇ ਹੋ ਹਾਰਟ ਉਹ ਵੀ ਕੰਮ ਕਰਦਾ, ਜੇ ਇਹਨੂੰ ਆਕਸੀਜਨ ਨਹੀਂ ਮਿਲਦੀ ਜਾਂ ਖੂਨ ਨਹੀਂ ਮਿਲਦਾ ਤਾਂ ਹਾਰਟ ਜਿਹੜਾ ਹੈਗਾ ਸੈੱਲ ਡਾਈ ਹੋਣੇ ਸ਼ੁਰੂ ਹੋ ਜਾਂਦੇ ਆ। ਠੀਕ ਹੈ। ਜਦੋਂ ਹਾਰਟ ਨੂੰ ਹਾਰਟ ਅਟੈਕ ਹੋ ਜਾਵੇ ਉਹਦੇ ਵਿਦਨ 20 ਮਿੰਟਸ ਤੁਹਾਨੂੰ ਉਹਦੀ ਟ੍ਰੀਟਮੈਂਟ ਮਿਲਣੀ ਚਾਹੀਦੀ, ਨਹੀਂ ਤਾਂ ਹਾਰਟ ਦੇ ਸੈੱਲ ਜਿਹੜੇ ਡਾਈ ਹੋਣੇ ਸ਼ੁਰੂ ਹੋ ਜਾਣਗੇ। ਓਕੇ। ਹੁਣ ਹਰੇਕ ਬੰਦੇ ਨੂੰ, ਬੱਚੇ ਨੂੰ ਬੜੇ ਪਤਾ ਹੋਣਾ ਚਾਹੀਦਾ ਵੀ ਹਾਰਟ ਅਟੈਕ ਦੇ ਸਿਮਟਮ ਕੀ ਆ ਜੀ, ਇਹ ਬਹੁਤ ਜ਼ਰੂਰੀ ਆ ਤੁਸੀਂ ਕਰਕੇ ਤਾਂ ਕਿ ਉਹਨੂੰ, ਉਸ ਬੰਦੇ ਨੂੰ ਬਚਾ ਸਕੋ।
ਪਹਿਲਾਂ ਤਾਂ ਉਹਨੂੰ ਹੋਏਗਾ ਵੀ ਜਿਹੜੀ ਛਾਤੀ ਜਿਹੀ ਨਾ ਜਕੜੀ ਜਿਹੀ ਲੱਗਦੀ ਆ, ਇਹਨੂੰ ਸਾਹ ਘੱਟ ਆਉਂਦਾ ਹੈ। ਫਿਰ ਤੁਹਾਨੂੰ ਹੋ ਸਕਦਾ ਵੀ ਛਾਤੀ ਦਰਦ ਹੋਣਾ ਵੀ ਸ਼ੁਰੂ ਹੋ ਜਾਏ, ਲੈਫਟ ਸ਼ੋਲਡਰ 'ਚ ਪੇਨ ਸ਼ੁਰੂ ਹੋਣੀ ਹੋ ਜਾਏ ਜੀ, ਫਿਰ ਹੌਲੀ ਖੱਬੇ 'ਚ ਵੀ ਸ਼ੁਰੂ ਹੋ ਜਾਏਗੀ, ਡੋਲਾਂ 'ਚ ਪੇਨ ਹੋਣੀ ਸ਼ੁਰੂ ਹੋ ਜਾਣਗੀ, ਨੈਕ 'ਚ ਗਲੇ 'ਚ ਹੈ ਨਾ ਗਿੱਚੀ 'ਚ ਪੇਨ ਹੋ ਜਾਏਗੀ, ਬੈਕ 'ਚ ਪੇਨ ਸ਼ੁਰੂ ਹੋ ਜਾਣ ਹੋ ਜਾਏਗੀ, ਸਾਹ ਔਖਾ ਉਲਟੀਆਂ ਉਹਨੂੰ ਕਰੇਗੀ, ਕੱਚੀਆਂ ਤੇਲੀਆਂ ਆ ਸਕਦੀਆਂ, ਲਾਈਟ ਹੈਡਰਿਕ ਹੋ ਸਕਦੀ ਆ। ਜਦੋਂ ਇਹ ਪੰਜ ਚਾਰ ਸਿਸਟਮ ਇਕੱਠੇ ਹੋ ਜਾਂਦੇ ਆ, ਇਹਦਾ ਮਤਲਬ ਸਾਈਨ ਤੁਹਾਡੇ ਹੈਗੇ ਹੈ ਹਾਰਟ ਅਟੈਕ ਦੇ। ਓਕੇ, ਸੋ ਇਹਨੂੰ ਵਾਚ ਕਰਨਾ ਬਹੁਤ ਜ਼ਰੂਰੀ ਆ। ਇੱਕ ਵਾਰ ਫੇਰ ਰਿਪੀਟ ਕਰਦਾ ਤਾਂ ਚੇਤੇ ਰਹੇ ਇਹਨਾਂ ਨੂੰ, ਆਪਣੇ ਸਰੋਤਿਆਂ ਨੂੰ, ਛਾਤੀ 'ਚ ਜਕੜਾ ਜਾਣਾ, ਠੀਕ ਹੈ, ਸਾਹ ਨਾ ਆਉਣਾ, ਛਾਤੀ ਕੋਠੀ 'ਚ ਲੱਗਣੀ, ਕੱਚੀਆਂ ਤੇਲੀਆਂ ਆਉਣੀਆਂ, ਮੋਢੇ 'ਚ ਦਰਦ ਹੋਣੀ, ਦੌਲਿਆਂ 'ਚ ਦਰਦ ਹੋਣੀ, ਗਿੱਚੀ 'ਚ ਦਰਦ ਹੋਣੀ, ਬੈਕ 'ਚ ਦਰਦ ਹੋਣੀ ਜਾਂ ਪੇਟ 'ਚ ਦਰਦ ਹੋਣੀ, ਕਈ ਵਾਰ ਇੰਡਾਈਜੈਸ਼ਨ ਵੀ ਮਹਿਸੂਸ ਕਰਦੇ ਹੋ, ਉਲਟੀ ਆਉਣ ਕਰਨੀ, ਤਾਂ ਬੈਠਿਆਂ 'ਚ ਲੰਬੇ ਪੈਣ ਕੋਈ ਆਰਾਮ ਨਹੀਂ ਆਉਂਦਾ, ਯੂ ਫੀਲ ਅਨਕੰਫਰਟੇਬਲ, ਤੁਸੀਂ ਜੇ ਗਾਸਪਿੰਗ ਫਾਰ ਏਅਰ, ਤੁਸੀਂ ਸਾਨੂੰ ਸਾਹ ਲੈਣ 'ਤੇ ਤਕਲੀਫ ਮਹਿਸੂਸ ਕਰਦੇ, ਮੈਨੂੰ ਸਾਹ ਪ੍ਰੋਪਰ ਆ ਨਹੀਂ ਰਿਹਾ ਜਾਂ ਆਕਸੀਜਨ ਹੀ ਅੰਦਰ ਜਾ ਰਹੀ ਜੀ। ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਇਹ ਹਾਰਟ ਅਟੈਕ ਦੇ ਸਿਮਟਮ ਹੈਗੇ ਆ। ਜੇ ਤੁਸੀਂ ਸ਼ੋਰ ਨਹੀਂ ਹੋ ਤਾਂ ਕਾਲ 811। ਓਕੇ, 811 ਨਾ, ਉੱਥੇ ਰਜਿਸਟਰ ਨਰਸ ਬੈਠੀ ਅਗਲੇ ਪਾਸੇ, ਉਹ ਹੁਣ ਸਿਮਟਮ ਦੱਸੋ, ਉਹ ਤੁਹਾਨੂੰ ਦੱਸੇਗੀ, ਜੇ ਉਹਨੂੰ ਲੋੜ ਹੋਈ ਤਾਂ ਉਹ ਕਾਲ ਕਰਦੀ ਐਂਬੂਲੈਂਸ, ਜੇ ਉਹਨਾਂ ਸ਼ੋਰ ਹਾਰਟ ਅਟੈਕ ਹੈ, ਨਹੀਂ ਤਾਂ ਕਾਲ 911। ਰਾਈਟ, 811 ਕਰਦਾ, 911 ਕਰਦਾ, ਬਹੁਤਾ ਫਰਕ ਨਹੀਂ ਹੈਗਾ, ਉਸ ਲਈ ਉਹ ਟ੍ਰਾਂਸਫਰ ਕਰ ਦੇਗੀ ਇਮੀਡੀਏਟਲੀ। ਠੀਕ ਹੈ, ਦੂਜੀ ਗੱਲ ਇਹ, ਇੱਕ ਮੈਂ ਹੋਰ ਦੱਸਣਾ ਚਾਹੁੰਦਾ ਕਿ 811 ਜਾਂ 911 ਨਹੀਂ ਕਹਿਣਾ, ਠੀਕ ਹੈ, ਜੇ ਤਾਂ ਰੱਖਣਾ 811 ਔਰ 911। ਓਕੇ, ਉਹਦਾ ਕਾਰਨ ਇਹ ਆ, ਜਦੋਂ ਤੁਸੀਂ ਐਮਰਜੈਂਸੀ ਪੈ ਜਾਂਦੀ ਆ, ਤੁਸੀਂ ਘਬਰਾਹਟ 'ਚ ਹੁੰਦੇ ਹੋ, ਤਾਂ ਤੁਹਾਨੂੰ ਜਿਹੜਾ ਟੈਲੀਫੋਨ ਜਾਂ ਹੈਗਾ ਡਾਇਲ ਨਾ, ਉਹ 'ਤੇ ਨੰਬਰ 11 ਨਹੀਂ ਲੱਭਣਾ, ਕਿਉਂਕਿ ਉਹਦਾ ਨੰਬਰ 0 ਤੋਂ 9 ਤਾਂ ਹੀ ਆ। ਠੀਕ ਹੈ, ਇਸ ਕਰਕੇ 891 ਜਾਂ 911 ਜਾਂ 811 ਜਾਂ 911 ਉੱਚਿਤ ਰੱਖਣਾ ਬਹੁਤ ਜ਼ਰੂਰੀ ਆ। ਠੀਕ ਹੈ, ਕਿਉਂਕਿ ਜਦੋਂ ਪੈਂਕ ਬੰਦਾ ਹੁੰਦਾ ਫਿਰ ਉਹ 11 ਲੱਭਦਾ, ਫਿਰ ਉਹ 11 ਨਹੀਂ ਲੱਭਣਾ ਜੀ। ਇਸ ਕਰਕੇ ਕਹਿੰਦੇ 811 ਜਾਂ 911 ਉੱਚਿਤ ਰੱਖਣੀ ਬਹੁਤ ਜ਼ਰੂਰਤ ਆ। ਰਾਈਟ, ਸੋ ਜਦੋਂ ਹਾਰਟ ਅਟੈਕ ਹੋ ਜਾਏ, ਹਾਂਜੀ, ਤੁਹਾਨੂੰ ਪਤਾ ਠਾਕਾ ਹੋ ਰਿਹਾ, ਉਸ ਪੇਸ਼ੈਂਟ ਨੂੰ ਬੇਬੀ ਐਸਪਰੀਨ 80 ਮਿਲੀਗ੍ਰਾਮ ਦੀ 2 ਦੇ ਦਿਓ, ਉਹਨੂੰ ਕੋਈ ਚਬਾ ਕੇ ਪਾਣੀ ਦੇ ਦਿਓ। ਠੀਕ ਹੈ, ਦੇ ਐਂਬੂਲੈਂਸ ਦੇ ਆਉਣ ਤਾਂ ਹੀ ਉਹਦੀਆਂ ਦਵਾਈਆਂ ਸਾਰੀਆਂ ਉਹਦੇ ਲਿਆ ਕੇ ਰੱਖ ਦਿਓ। ਠੀਕ ਹੈ, ਕਿਹੜੀਆਂ ਕਿਹੜੀਆਂ ਦਵਾਈਆਂ ਉਹ ਹੈਗੀਆਂ, ਤਾਂ ਕਿ ਉਹ ਜਿਹੜਾ ਹੈਗਾ ਆ ਉਹਦੀ ਦਵਾਈਆਂ ਦਾ ਉਹਦੀ ਉਹ ਆ ਕੇ ਅਸੈਸ ਕਰਨਗੇ, ਉਹਨੂੰ ਅਸੈਸ ਕਰਨਗੇ, ਇੱਕ ਬੰਦਾ ਉਹਨੂੰ ਅਸੈਸ ਕਰੇਗਾ। ਠੀਕ, ਕਈ ਬੰਦੇ ਕਰਦੇ ਆ ਅਤੇ ਉਹ ਹਾਰਟ ਅਟੈਕ ਲੱਗਦਾ ਹੀ ਹੋ ਗਿਆ, ਮੈਂ ਲੈ ਕੇ ਹਸਪਤਾਲ ਤੁਰ ਗਿਆ ਜੀ ਕਾਰ 'ਚ ਜੀ, ਉਹ ਹੁੰਦਾ ਕੀ ਆ, ਜੇ ਰਸਤੇ ਮੈਸੇਜ ਹਾਰਟ ਅਟੈਕ ਹੋ ਗਿਆ, ਨਾ ਤੁਸੀਂ ਬੰਦਾ ਸਾਂਭ ਸਕਣਾ, ਨਾ ਤੁਸੀਂ ਕਾਰ ਚਲਾ ਸਕਣੀ ਆ। ਰਾਈਟ, ਲੈ ਇੱਕ ਛੋਟੀ ਜੀ ਬ੍ਰੇਕ ਜੀ, ਵਾਪਸ ਆ ਕੇ ਹੋਰ ਜਾਣਕਾਰੀ ਲੈਂਦੇ ਤੁਹਾਡੇ ਤੋਂ ਕਿ ਇਹ ਜਿਹੜਾ ਤੁਸੀਂ ਕਿਹਾ ਕਿ ਜਦੋਂ ਹਾਰਟ ਅਟੈਕ ਹੋ ਰਿਹਾ ਤਾਂ ਤੁਸੀਂ ਆਪ ਨਾ ਐਕਸ਼ਨ ਲਓ, ਜਸ ਐਸਪਰਿਨ ਦੇਖ ਕੇ ਤੁਸੀਂ ਵੇਟ ਕਰੋ, ਐਂਬੂਲੈਂਸ ਨੂੰ ਕਾਲ ਕਰੋ, ਅਤੇ ਉਸ ਤੋਂ ਬਾਅਦ ਫਰਦਰ ਜਿਹੜਾ ਸਟੈਪ ਹੈ, ਹਾਂਜੀ, ਉਹ ਕੀ ਹੋਣੇ ਚਾਹੀਦੇ ਨੇ, ਇਸ ਬਾਰੇ ਜਾਣਕਾਰੀ ਲੈਣੀ ਛੋਟੀ ਜੀ ਬ੍ਰੇਕ ਤੋਂ ਬਾਅਦ। They have always been there for me. From getting my dream car to celebrating life's special moments, always bringing us joy. And now my loved ones can make them a part of their life story. Family is what you make, and they are a part of mine. Bassan Motors. ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਸੈਗਮੈਂਟ ਵਿੱਚ। ਮੇਰੇ ਨਾਲ ਸਾਥ ਦੇ ਰਹੇ ਨੇ ਮੋਹਨ ਸਿੰਘ ਟੱਟਰਾ, ਜਿਹੜੇ ਕਿ ਸਾਡੇ ਮਹਿਮਾਨ ਹਨ ਕਿਡਨੀ ਫਾਊਂਡੇਸ਼ਨ ਆਫ ਕੈਨੇਡਾ ਤੋਂ। ਗੱਲਬਾਤ ਚੱਲ ਰਹੀ ਹੈ ਕਿ ਹਾਰਟ ਅਟੈਕ ਦੇ ਕਿਹੜੇ ਸਿਮਟਮਸ ਨੇ, ਅਤੇ ਜੇਕਰ ਹਾਰਟ ਅਟੈਕ ਹੁੰਦਾ ਹੈ ਉਸ ਸਮੇਂ ਕੀ ਕੁਝ ਤੁਹਾਨੂੰ ਕਰਨ ਦੀ ਲੋੜ ਹੁੰਦੀ ਹੈ, ਆਓ ਕੁਝ ਹੋਰ ਇਨਫੋਰਮੇਸ਼ਨ ਲੈਂਦੇ ਜੀ। ਸੋ ਬ੍ਰੇਕ ਤੋਂ ਪਹਿਲਾਂ ਤੁਸੀਂ ਕਿਹਾ ਕਿ ਜੇ ਹਾਰਟ ਅਟੈਕ ਹੋ ਰਿਹਾ ਹੈ ਉਸ ਸਮੇਂ ਤੁਸੀਂ ਕਿਹਾ ਕਿ ਐਸਪਰਿਨ ਦੇ ਦਿਓ ਅਤੇ ਵੇਟ ਕਰੋ, ਐਂਬੂਲੈਂਸ ਨੂੰ ਕਾਲ ਕਰੋ, ਨਾ ਕਿ ਆਪ ਤੁਸੀਂ ਗੱਡੀ 'ਚ ਪਾ ਕੇ ਲੈ। ਬਿਲਕੁਲ, ਓਕੇ, ਉਹਦਾ ਕਾਰਨ ਇਹ ਆ ਕਿ ਤੁਸੀਂ ਗੱਡੀ 'ਚ ਜਾਂਦੇ ਹੋ ਜੀ, ਬੰਦੇ ਰਸਤੇ ਮੈਸਿਵ ਹਾਰਟ ਅਟੈਕ ਹੋ ਗਿਆ, ਉਹਨੇ ਰੌਲਾ ਪਾਉਣਾ ਆ, ਨਾ ਤੁਸੀਂ ਉਹਨੂੰ ਸਾਂਭ ਸਕਣਾ, ਨਾ ਤੁਸੀਂ ਕਾਰ ਚਲਾ ਸਕਣੀ ਆ, ਤੁਹਾਡਾ ਐਕਸੀਡੈਂਟ ਵੀ ਹੋ ਸਕਦਾ, ਜੇ ਮੈਸਿਵ ਹਾਰਟ ਅਟੈਕ ਬਾਅਦ ਬੰਦੇ ਦੀ ਡੈਥ ਵੀ ਹੋ ਸਕਦੀ ਹੈ। ਠੀਕ ਹੈ, ਇਸ ਕਰਕੇ 911 ਕਰਨਾ ਬਹੁਤ ਜ਼ਰੂਰੀ ਆ। ਠੀਕ, ਕਿਉਂਕਿ ਉਹਨਾਂ ਦੇ ਕੋਲ ਇੱਕ ਹੁੰਦੀ ਆ ਗਲੈਸਰੀਨ ਨਾਈਟ੍ਰੇਟ, ਅੱਛਾ, ਉਹਨੇ ਆਉਂਦਿਆਂ ਨੇ ਤੁਹਾਡੀ ਜਵਾਨ ਦੇ ਥੱਲੇ ਉਹ ਸਪਰੇਅ ਕਰ ਦੇਣੀ ਆ, ਉਹਨਾਂ ਨੂੰ ਜਿਹੜਾ ਮਰੀਜ਼ ਨੂੰ ਸਾਹ ਸੁਕਾਉਣਾ ਸ਼ੁਰੂ ਹੋ ਜਾਏਗਾ। ਅੱਛਾ ਜੀ, ਨੰਬਰ 1, ਅਤੇ ਉਹਨੂੰ ਪੁੱਛਦਾ ਵੀ ਹੱਥ ਸਾਹ ਸੁਕਾਉਣ ਲੱਗ ਪਿਆ, ਹਾਂਜੀ ਮੈਨੂੰ ਸਾਹ ਸੁਕਾਉਂਦਾ, ਇਹ ਮੈਂ ਡੈਫੀਨੇਟਲੀ ਵਾਜ਼ ਹਾਰਟ ਅਟੈਕ। ਓਕੇ, ਫਿਰ ਉਹਨਾਂ ਨੇ ਤੁਹਾਨੂੰ ਜਿਹੜਾ ਹੈਗਾ ਬਲੱਡ ਥਿਨ ਦੇ ਇੰਜੈਕਸ਼ਨ ਦੇਣਗੇ, ਇੱਕ ਦਾ ਹੈਪਰੇਨ ਵਗੈਰਾ ਜਾਂ ਜਿਹੜਾ ਹੈਗੀ ਐਸਪਰੀਨ। ਰਾਈਟ, ਅੱਛਾ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਮੋਨੀਟਰ ਹੈ ਉਹ ਕਨੈਕਟ ਹੁੰਦਾ ਹਸਪਤਾਲ ਨਾਲ।
ਉਹ ਤੇ ਹਾਰਟ ਸਪੈਸ਼ਲ ਤੁਹਾਡੀ ਵੇਟ ਕਰ ਰਿਹਾ ਹੁੰਦਾ ਜਦੋਂ ਦੱਸਦੇ ਬੰਦਾ ਹਾਰਟ ਅਟੈਕ ਹੈਗਾ ਆ ਦੇ ਵਰਕ ਔਨ ਯੂ ਉਹਨੂੰ ਰੈਪ ਨੂੰ ਕਰਕੇ ਤੁਹਾਨੂੰ ਐਂਬੂਲੈਂਸ ਪਾ ਦੇਣਗੇ ਰਸਤਾ ਰਸਤੇ 'ਚ ਤੁਹਾਨੂੰ ਫਿਰ ਉਹਨਾਂ ਨੂੰ ਨਾਈਟ੍ਰੇਟ ਦੀ ਸਪਰੇਅ ਦੇਣੀ ਪਵੇ ਜਾਂ ਹੋਰ ਇੰਜੈਕਸ਼ਨ ਦੇਣੀ ਪਵੇ ਤਾਂ ਕਿ ਤੁਹਾਨੂੰ ਜਿਹੜਾ ਹਸਪਤਾਲ ਤਾਂ ਜਾਂਦਿਆਂ ਤਾਂ ਹੀ ਤੁਹਾਨੂੰ ਤੁਹਾਨੂੰ ਹਾਰਟ ਦੇ ਮਸਲ ਡੈਮੇਜ ਨਾ ਹੋ ਸਕਣ ਠੀਕ ਹੈ ਸੋ ਆਪਣੇ ਡਰਾਈਵ ਕਰਨਾ ਤਾਂ ਇਸ ਚੀਜ਼ ਇੰਨਾ ਫਰਕ ਆਇਆ ਇਸ ਕਰਕੇ ਜ਼ਰੂਰੀ ਆ ਕਿ ਕਾਲ 911 ਠੀਕ ਹੈ ਨਾ ਅੱਛਾ ਹਾਰਟ ਅਟੈਕ ਹੁੰਦਾ ਕਿਹਨਾਂ ਨੂੰ ਜੀ ਜੇ ਡਾਇਬੈਟਿਕ ਲੋਕ ਹੈ ਉਹਨਾਂ ਦੇ ਹੈਗੇ ਨਾ ਜਿਹੜੇ ਪਲੇਟਸ ਜ਼ਿਆਦਾ ਬਣਦੇ ਆ ਜਿਹਨੂੰ ਕਹਿੰਦੇ ਆਪਾਂ ਕਲੋਟਸ ਜੀ ਖੂਨ 'ਚੋਂ ਜ਼ਿਆਦਾ ਬਣਦੇ ਆ ਜਿਹਨੇ ਜਿਹੜੇ ਹੈਗੇ ਆ ਸ਼ੂਗਰ ਦੇ ਮਰੀਜ਼ ਜੀ ਉਹਨਾਂ ਨੂੰ ਇਹ ਧਿਆਨ ਖਾਸ ਕਰਨ ਦੀ ਲੋੜ ਆ ਦੂਜਾ ਸਾਡਾ ਫੂਡ ਅਸੀਂ ਜ਼ਿਆਦਾ ਗ੍ਰੀਸੀ ਫੂਡ ਖਾਂਦੇ ਹਾਂ ਤਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਾਂ ਘਿਓ ਗਾ ਇਹੋ ਚੀਜ਼ਾਂ ਜੀ ਜਾਂ ਅਕਸਰ ਮੈਂ ਸੁਣਿਆ ਗੁਰਦਿਆਂ ਜਾਂ ਬੇਬੇ ਸਾਗ ਬਣਾਉਂਦੇ ਬੀਬੀਆਂ 30 pounds ਬਟਰ ਪਾਉਂਦੀਆਂ ਉਹਦੇ 'ਚ ਦੀਸ ਥਿੰਗ ਦੇਰ ਕੇਲਾਸ ਐਂਡ ਵੀ ਹੈਡ ਵਾਚ ਦੀਸ ਥਿੰਗ ਰਾਈਟ ਇੱਕ ਮੈਂ ਕਹਿੰਦਾ ਹੁੰਦਾ ਅਕਸਰ ਜਿਵੇਂ ਰੇਡੀਓ 'ਤੇ ਵੀ ਜਾਂਦਾ ਜਾਂ ਤੁਹਾਡੇ ਪ੍ਰੋਗਰਾਮ ਦਾ ਵੀ ਆਉਣਾ ਜੀ ਜੇ ਆਪਾਂ ਮੂੰਹ ਨੂੰ ਬੰਦ ਕਰ ਲਈਏ ਨਾ ਤਾਂ ਅਸੀਂ ਬੜਾ ਸੌਖੇ ਰਹਾਂਗੇ ਠੀਕ ਹੈ ਦੇਖੋ ਜਿੰਨਾ ਚੀਜ਼ ਸਵਾਦ ਲੱਗੇਗੀ ਉਹ 'ਚ ਜ਼ਿਆਦਾ ਫੈਟ ਹੋਏਗਾ ਰਾਈਟ ਜਿੰਨੀ ਸ਼ੂਗਰ ਜ਼ਿਆਦਾ ਹੋਊਗੀ ਉਹਨਾਂ ਸਵਾਦ ਲੱਗੇਗਾ ਅਸੀਂ ਦੋਨੋਂ ਘਟਾ ਲਈਏ ਫੈਟ ਵੀ ਘਟਾ ਲਈਏ ਅਤੇ ਸ਼ੂਗਰ ਵੀ ਘਟਾ ਲਈਏ ਅਸੀਂ 100 years ਦੀ ਜੀ ਸਕਦੇ ਹਾਂ ਰਾਈਟ ਸੋ ਹੁਣ ਤੁਸੀਂ ਜਿਹੜੇ ਸਿੰਪਟਮਸ ਦਾ ਜ਼ਿਕਰ ਕੀਤਾ ਹੈਗਾ ਹੁਣ ਪ੍ਰੀਕੋਸ਼ਨਸ ਦੀ ਗੱਲ ਕਰੀਏ ਤੁਸੀਂ ਜਿਹੜਾ ਕਿਹਾ ਕਿ ਆਪਣੇ ਮੂੰਹ ਨੂੰ ਸੰਭਾਲੋ ਹਾਂ ਘੱਟ ਖਾਓ ਫੈਟ ਘੱਟ ਖਾਓ ਫੈਟ ਘੱਟ ਖਾਓ ਪਰ ਇਹਦਾ ਵੀ ਅਗੇਨ ਯੂ ਨੋ ਆਫਟਰ ਆਲ ਹਰ ਚੀਜ਼ ਜਦੋਂ ਅਵੇਲੇਬਲ ਹੁੰਦੀ ਹੈ ਤਾਂ ਦਿਲ ਕਰ ਆਉਂਦਾ ਹੈ ਕਦੀ ਕਦਾਈ ਕੋਈ ਕਹਿੰਦਾ ਜੀ ਖਾ ਲਿਆ ਤਾਂ ਕੀ ਫਰਕ ਪੈਂਦਾ ਪਰ ਇਸ ਦੇ ਨਾਲ ਨਾਲ ਜੇਕਰ ਤੁਸੀਂ ਖਾ ਰਹੇ ਹੋ ਹੋਰ ਤੁਹਾਨੂੰ ਕੀ ਕਰਨ ਦੀ ਲੋੜ ਹੈ ਜਿਸ ਨਾਲ ਕਿ ਤੁਸੀਂ ਐਟਲੀਸਟ ਜਿਹੜਾ ਤੁਸੀਂ ਕਿਹਾ ਕਿ ਤੁਹਾਡੀ ਨਾੜੀਆਂ ਜਿਹੜੀਆਂ ਉਹ ਕਲੋਗ ਨਾ ਹੋਣ ਬੰਦ ਨਾ ਹੋਣ ਹਾਂਜੀ ਪਹਿਲੀ ਗੱਲ ਤਾਂ ਇਹ ਆ ਕਿ ਕਿਸੇ ਜਿਹਦਾ ਖਾਣ ਦਾ ਲਾਲਚ ਨਹੀਂ ਹੋਣਾ ਚਾਹੀਦਾ ਨੰਬਰ 1 ਅਸੀਂ ਜੀਂਦੇ ਹਾਂ ਤਾਂ ਤਾਂ ਖਾਂਦੇ ਜੀ ਜੀਂਦੇ ਰਹਿ ਸਕੀਏ ਥੋੜ੍ਹਾ ਬਹੁਤ ਅਸੀਂ ਅਸੀਂ ਇਸ ਗੱਲ ਨਹੀਂ ਜੀਂਦੇ ਵਿੱਚ ਸਭ ਪਕਾ ਦਈਏ ਖਾ ਕੇ ਮੁੱਕਣਾ ਨਹੀਂ ਹੋ ਯੂ ਕਿਲ ਯੂਅਰ ਸੈਲਫ ਇਨ ਅਦਰ ਵਰਡਸ ਰਾਈਟ ਓਬੀਸਿਟੀ ਜਾਊਗੀ ਜ਼ਿਆਦਾ ਖਾਣ ਦੇ ਨਾਲ ਉਹਦੇ ਨਾਲ ਕੀ ਹੋਗਾ ਤੁਹਾਡੀ ਸ਼ੂਗਰ ਵਧੇਗੀ ਡਾਇਬੈਟਿਕ ਹੋ ਜਾਊਗੇ ਹੋਰ ਹੈਲਥ ਕੰਪਲੀਕੇਸ਼ਨ ਹੋ ਜਾਣਗੀਆਂ ਮੈਂ ਲੇਟਲੀ GMA ਇੱਕ ਮੈਗਜ਼ੀਨ ਆਉਂਦਾ ਮੈਡੀਕਲ ਦਾ ਉਹ ਪੜ੍ਹਦਾ ਸੀਗਾ ਉਹ ਕਹਿੰਦੇ 26 years ਉਹਨੇ ਇਹ ਰਿਸਰਚ ਕੀਤੀ ਆ ਜਿਹੜੇ ਬੰਦੇ ਹੋਲ ਜੇ ਵੀਟ ਪ੍ਰੋਡਕਟ ਖਾਂਦੇ ਆ ਜੀ ਦੂਏ ਨਾਲ ਜਿਹੜੇ ਸਟਾਰਚੀ ਫੂਡ ਜ਼ਿਆਦਾ ਖਾਂਦੇ ਆ ਜਮੇ ਦੇ ਚੀਜ਼ ਜ਼ਿਆਦਾ ਖਾਂਦੇ ਆ ਉਹ 35% ਜ਼ਿਆਦਾ ਲਾਈਫ ਲੌਂਗ ਜੀਂਦੇ ਆ ਓਕੇ ਸੋ ਇਹਦਾ ਮਤਲਬ ਇਹ ਹੋਇਆ ਸਾਨੂੰ ਜਿਹੜੀ ਹੈਗੀ ਆ ਹੋਲ ਵੀਟ ਜਿਹੜੀ ਫੂਡ ਜ਼ਿਆਦਾ ਖਾਣੀ ਚਾਹੀਦੀ ਆ ਠੀਕ ਹੈ ਤੁਹਾਨੂੰ ਦਿਨ ਦੇ ਵਿੱਚ 25 to 35 grams ਫਾਈਬਰ ਚਾਹੀਦਾ ਓਕੇ ਇੱਕ ਤੁਹਾਨੂੰ ਰੈਗੂਲਰ ਰੱਖੇਗਾ ਫਾਈਬਰ ਕੀ ਕਰਦਾ ਜੋ ਅਸੀਂ ਖਾਂਦੇ ਹਾਂ ਉਹ ਛੇਤੀ ਡਾਈਜੈਸਟ ਨਹੀਂ ਹੁੰਦਾ ਤੁਹਾਨੂੰ ਛੇਤੀ ਭੁੱਖ ਨਹੀਂ ਲੱਗਦੀ ਤੁਸੀਂ ਵਾਰ ਵਾਰ ਨਹੀਂ ਖਾਓਗੇ ਠੀਕ ਹੈ ਤੁਹਾਨੂੰ ਉਹ ਫੂਡ ਹਜ਼ਮ ਕਰਨ ਲਈ ਦੇਰ ਲੱਗੇਗੀ ਜੀ ਇਸ ਕਰਕੇ ਤੁਹਾਡੀ ਸ਼ੂਗਰ ਬਲੱਡ ਸ਼ੂਗਰ ਵੀ ਆਪ ਛੇਤੀ ਨਹੀਂ ਹੋਏਗੀ ਠੀਕ ਹੈ ਜਿੰਨੀ ਬਲੱਡ ਸ਼ੂਗਰ ਆਪ ਜ਼ਿਆਦਾ ਹੋਏਗੀ ਉਨੀ ਤੁਹਾਡੀ ਪ੍ਰੋਬਲਮ ਵਧੇਗੀ ਰਾਈਟ ਜਿੰਨੀ ਸਟਾਰਚੀ ਫੂਡ ਆ ਉਹਨੂੰ ਗਲਾਈਸੀਮਿਕ ਫੂਡ ਕਹਿੰਦੇ ਨੇ ਠੀਕ ਹੈ ਲੇਕਿਨ ਤੁਹਾਡੀ ਜਿਹੜੀ ਹੈਗੀ ਸ਼ੂਗਰ ਇਕਦਮ ਵਧਾਉਂਦੀ ਆ ਵਿੱਚ 0 moderate ਜੀ ਦੂਜਾ ਐਕਸਰਸਾਈਜ਼ ਬਹੁਤ ਜ਼ਰੂਰੀ ਆ ਜੇ ਤੁਸੀਂ ਹੋਰ ਕੁਛ ਨਹੀਂ ਕਰ ਸਕਦੇ ਫਰਜ਼ ਕਰੋ ਮੇਰੀ ਏਜ ਹੈ ਤੁਸੀਂ ਹੈਗੇ ਸਾਰੀ ਉਮਰ ਤਾਂ ਜਿੰਮ ਨਹੀਂ ਗਏ ਤੁਸੀਂ ਹੁਣ ਕਹੋ ਜਿੰਮ ਜਾ ਕੇ ਤੁਸੀਂ ਸੱਟ ਲਵਾਓਗੇ ਹੈ ਨਾ ਜੀ ਤੁਸੀਂ ਵਾਕ ਕਰੋ ਸਾਈਕਲ ਚਲਾਓ ਸਵੀਮਿੰਗ ਕਰੋ ਤੁਸੀਂ 1 hour ਵਾਕ ਕਰਦੇ ਆ ਤੁਸੀਂ 2-3 pounds ਤੋਂ ਸ਼ੂਗਰ ਘੱਟ ਜਾਂਦੀ ਆ ਠੀਕ ਹੈ ਸੋ ਇਹਦਾ ਮਤਲਬ ਇਹ ਹੈ ਜੇ ਜ਼ਿਆਦਾ ਵਾਕ ਕਰੇ ਤੁਹਾਨੂੰ ਹਾਰਟ ਨੂੰ ਐਕਸਰਸਾਈਜ਼ ਮਿਲਦੀ ਆ ਠੀਕ ਫਰੈਸ਼ ਏਅਰ 'ਚ ਜਾਓ ਤੁਹਾਡੇ ਜੇ ਲੰਗਸ ਹੈਗੇ ਆ ਉਹਦੀ ਕਪੈਸਿਟੀ ਵਧੇਗੀ ਤੁਹਾਡੀ ਹਾਰਟ ਦੀ ਜਿਹੜੀ ਹੈਗੀ ਆ ਜਿਹੜੀ ਫੰਕਸ਼ਨ ਉਹ ਬੈਟਰ ਹੋਏਗਾ ਕਿਉਂ ਜਿੱਦਾਂ ਤੁਹਾਡੀ ਐਕਸਰਸਾਈਜ਼ ਜ਼ਰੂਰੀ ਆ ਤਾਂ ਹਾਰਟ ਦੀ ਐਕਸਰਸਾਈਜ਼ ਵੀ ਜ਼ਰੂਰੀ ਲੰਗ ਦੀ ਐਕਸਰਸਾਈਜ਼ ਵੀ ਜ਼ਰੂਰੀ ਆ ਰਾਈਟ ਇਹਨਾਂ ਦੋਵੇਂ ਬਾਤ ਕਰਨ ਦੀ ਲੋੜ ਹੈਗੀ ਆ ਅਤੇ ਜਿਹੜੇ ਖਾਓ ਇਨ ਮੋਡਰੇਸ਼ਨ ਰਾਈਟ ਸਿਆਣੇ ਕਹਿੰਦੇ ਭੁੱਖ ਰੱਖ ਕੇ ਫੂਡ ਖਾਓ ਜੇ ਹੁਣ ਲੇਟੈਸਟ ਸਟੱਡੀ ਇਹ ਉਹਨਾਂ ਦੀ ਹੈਗੀ ਆ ਉਹ ਕਹਿੰਦੇ ਜਿਹੜੇ 1600 to 2200 calories ਰੋਜ਼ ਦੀ ਖਾਣੀ ਚਾਹੀਦੀ ਆ ਵੱਧ ਨਹੀਂ ਖਾਣੀ ਚਾਹੀਦੀ ਜੀ ਦੂਸਰਾ ਮੈਂ ਕਹਿੰਦਾ ਜੇ ਅਕੋਰਡਿੰਗ ਡਾਇਬੈਟਿਕ ਫੂਡ ਜੇ ਤੁਸੀਂ 45 grams ਕਾਰਬੋਹਾਈਡਰੇਟ ਤੋਂ 60 carbohydrate ਦਿਨ 'ਚ ਰੱਖੋ ਇੱਕ ਫੂਡ ਤਰ੍ਹਾਂ ਹੀ ਰੱਖੋ ਜੀ ਤੁਸੀਂ ਸਾਰੀ ਉਮਰ ਹੈਲਦੀ ਰਹਿ ਸਕਦੇ ਹੋ ਠੀਕ ਹੈ ਇਹਨੂੰ ਰੱਖਣਾ ਜ਼ਰੂਰੀ ਆ ਸਟ੍ਰੈਸ ਦਾ ਕਿੰਨਾ ਕੁ ਅਸਰ ਪੈਂਦਾ ਜੀ ਹਾਰਟ ਅਟੈਕ ਸਟ੍ਰੈਸ ਤਾਂ ਬਹੁਤ ਪੈਂਦਾ ਓਕੇ ਸਟ੍ਰੈਸ ਜਿਹੜਾ ਹੈਗਾ ਆ ਦੇਖੋ ਜੋਬ ਚੱਲ ਗਈ ਬੈਡ ਰਿਲੇਸ਼ਨ ਹੋ ਗਿਆ ਡਾਈਵੋਰਸ ਹੋ ਗਿਆ ਫੈਮਿਲੀ ਡੈਥ ਹੋ ਗਈ ਪੈਸੇ ਦੀ ਕਮੀ ਹੋਈ ਇਹ ਸਟ੍ਰੈਸ ਦੇ ਕਾਰਨ ਹੈਗੇ ਆ ਜੀ ਬੈਡ ਹੈਲਥ ਹੋਈ ਕਿਸੇ ਦੀ ਅੰਡਰ ਓਪਰੇਸ਼ਨ ਆ ਕਿਸੇ ਡੈਥ ਹੋ ਗਈ ਉਹਦੇ ਨਾਲ ਇਹ ਸਟ੍ਰੈਸ ਦਾ ਬੜਾ ਫਰਕ ਦਿੱਤਾ ਉਸ ਸਟ੍ਰੈਸ ਤੇ ਹਾਰਟ ਦੇ ਬੜਾ ਫਰਕ ਪੈਂਦਾ ਇੱਕ ਤਾਂ ਤੁਹਾਨੂੰ ਸਟ੍ਰੈਸ ਜ਼ਿਆਦਾ ਹੋਵੇ ਤਾਂ ਨੀਂਦ ਘੱਟ ਆਏਗੀ ਠੀਕ ਹੈ ਤੁਸੀਂ ਹੁਣ ਬਸ ਸੋਚਦੇ ਰਹਿੰਦੇ ਹੋ
ਸੋ ਸਟ੍ਰੈਸ ਨੂੰ ਘਟਾਉਣਾ ਜ਼ਰੂਰੀ ਆ ਉਹ ਲਈ ਯੋਗਾ ਕਰ ਸਕਦੇ ਹੋ ਐਕਸਰਸਾਈਜ਼ ਕਰਦੇ ਹੋ ਕੋਈ ਬੁੱਕ ਪੜ੍ਹੋ ਦੂਜੇ ਪਾਸੇ ਧਿਆਨ ਲਾਓ ਰਾਈਟ ਮੈਡੀਟੇਟ ਕਰੋ ਠੀਕ ਆ ਲੇਟੈਸਟ ਸਟੱਡੀ ਇਹਨਾਂ 'ਚ ਵੀ ਕਹਿੰਦੀ ਆ ਕਿ ਜੇ ਕਲਾਸੀਕਲ ਮਿਊਜ਼ਿਕ ਆ ਲੇਟਲੀ ਉਹ ਇਹ ਕਹਿੰਦੇ ਕੈਲਸ ਮਿਊਜ਼ਿਕ ਸੁਣਨਾ ਜਾਂ ਤੁਹਾਨੂੰ ਰਿਲੈਕਸ ਕਰ ਰਿਲੈਕਸੇਸ਼ਨ ਹੁੰਦੀ ਹੈ ਰਿਲੈਕਸੇਸ਼ਨ ਹੁੰਦੀ ਆ ਐਬਸੋਲੂਟਲੀ ਲਿਸਨ ਟੂ ਕਲਾਸੀਕਲ ਮਿਊਜ਼ਿਕ ਰਾਈਟ ਹੈ ਨਾ ਕਿਸੇ ਨੂੰ ਗੱਲਬਾਤ ਕਰੋ ਤੁਸੀਂ ਚੁੱਪ ਕਰਕੇ ਬੈਠੇ ਰਹੋ ਆਪਣੇ ਵਿੱਚ ਸਭ ਘੁੱਟ ਕੇ ਗੱਲ ਰੱਖੋ ਉਹਦਾ ਫਰਕ ਮੈਂ ਜਦੋਂ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤੁਸੀਂ ਮਨ ਦੀ ਆਪਾਂ ਕਹਿੰਦੇ ਪੜਾਸ ਨਿਕਲਦੀ ਆ ਜਦੋਂ ਜਦੋਂ ਤੁਹਾਡਾ ਮਨ ਹਲਕਾ ਹੋ ਜਾਂਦਾ ਉਹਨੂੰ ਕਰਨਾ ਬਹੁਤ ਜ਼ਰੂਰੀ ਆ ਸੋ ਇਹ ਸਾਰੀਆਂ ਚੀਜ਼ਾਂ ਜਿਹੜਾ ਤੁਸੀਂ ਮੋਹਨ ਸਿੰਘ ਜੀ ਗੱਲ ਕਰ ਰਹੇ ਕਿਉਂਕਿ ਆਪਣੇ ਲਾਈਫ ਸਟਾਈਲ ਵਿੱਚ ਚੇਂਜਸ ਲੈ ਕੇ ਆਓ ਹਾਂਜੀ ਹੁਣ ਇੱਕ ਵਿਅਕਤੀ ਜਿਹੜੇ ਕਿ ਆਮ ਤੌਰ 'ਤੇ ਜੋ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਦੀ ਪਰਵਰਿਸ਼ ਹੁੰਦੀ ਉਸ ਤਰ੍ਹਾਂ ਦਾ ਹੀ ਸਾਡਾ ਖਾਣ ਪੀਣ ਵੀ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਬਿਲਕੁਲ ਸੋ ਇਹਦੇ ਵਿੱਚ ਆਪਣੇ ਲਾਈਫ ਸਟਾਈਲ ਵਿੱਚ ਚੇਂਜ ਲਿਆ ਕੇ ਥੋੜ੍ਹਾ ਜਿਹਾ ਕਾਮ ਹੋ ਆਰਾਮ ਨਾਲ ਆਪਣੀ ਜ਼ਿੰਦਗੀ ਬੜਾ ਸੋਹਣਾ ਮੁੱਲ ਕੇ ਹਾਂਜੀ ਇਹ ਨਹੀਂ ਕਿ ਜ਼ਿੰਦਗੀ ਖਾਣ ਵਾਸਤੇ ਨਹੀਂ ਬਲਕਿ ਜਿੰਨੀ ਜ਼ਰੂਰਤ ਹੈ ਉਨਾ ਹੀ ਲੈ ਕੇ ਲਓ ਇਹ ਸਾਰੀਆਂ ਚੀਜ਼ਾਂ ਜਦੋਂ ਹੋਣਗੀਆਂ ਤਾਂ ਆਟੋਮੈਟਿਕਲੀ ਤੁਹਾਡੇ ਉੱਤੇ ਉਹਦਾ ਬੈਨੀਫਿਟ ਹੀ ਹੋਏਗਾ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਇਸ਼ੂ 'ਤੇ ਆ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਫੋਰ ਯੋਰ ਟਾਈਮ